ਲੇਵਾ ਹੀ ਨਾ ਰੋਟੀ ਨਾ ਪਾਣੀ ਐਡੀ ਲੰਮੀ ਵਾਟ ਕਿਦਾਂ ਮੁਕਾਉਣੀ ਓਏ ਜਦੋਂ ਆਪਾਂ ਯੂ ਐਸ ਟਰੱਕ ਸਟਾਪ ਤੇ ਟੈਂਕੀ ਆ ਨਾ ਫੁੱਲ ਕਰਾਉਣੀ ਤਾਂ ਫੇਰ ਖਾਤਰਦਾਰੀ ਚ ਕੋਈ ਕਮੀ ਨਹੀਂ ਆਉਣੀ ਯੂ ਐਸ ਟਰੱਕ ਸ਼ਾਪ ਤੇ ਤੁਸੀਂ ਵੀ ਆਓ ਫਿਲਪ ਕਰਾਓ ਫ੍ਰੀ ਪਾਰਕਿੰਗ ਫ੍ਰੀ ਸ਼ਾਵਰ ਤੇ ਲਜ਼ਜ਼ਦਾਰ ਫੂਡ ਯਾਨੀ ਭੋਜਨ ਦਾ ਆਨੰਦ ਠਾਓ ਤੇ ਫ੍ਰੀ ਵਾਈਫਾਈ ਵੀ ਪਾਓ ਯੂ ਐਸ ਟਰੱਕ ਸਟਾਪ ਹਾਈਵੇ 95 ਐਗਜ਼ਿਟ 41 ਵਰਜੀਨੀਆ ਕਾਲ ਕਰੋ 804732020 ਕ 8047320201 ਯੂ ਐਸ ਟਰੱਕ ਸਟਾਪ ਸ਼ਮਾਨਦਾਨ ਰੇਡੀਓ ਪੰਜਾਬ ਕੁੜੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸੌਰਨ ਸਿੰਘ ਦਾ ਨੇਲੀਆ ਕੰਨਿਓ ਪਿਆਰ ਪਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ Radio Punjab Today ਦਾ ਵੱਤਵੱਤ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਤਵੱਤ ਜਿੰਨਾ ਹੋ ਸਕੇ ਪਹਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਹੈ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਆਗਾਸਕਾ ਦੇ ਟੀਲ ਸੱਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਸਭ ਤੋਂ ਅਹਿਮ ਪੰਜਾਬ ਦਾ ਮਸਲਾ ਜੀ ਮਡੀਆਂ ਚਰਚਾਵਾਂ ਨੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਨਾਲ ਐਂ ਸਭ ਤੋਂ ਅਹਿਮ ਚਰਚਾ ਹੈ ਜਿਹੜੀ ਉਹ ਵਿਕਰਮਜੀਤ ਸਿੰਘ ਮਜੀਠੀਆ ਨਾਲ ਜੁੜੀ ਇੱਕ ਈਡੀ ਦੀ ਜਾਂਚ ਹੈ ਆਪਾਂ ਗੱਲ ਕਰ ਸਕਦੇ ਹਾਂ ਕਿ ਸਿੱਧੇ ਤੌਰ ਦੇ ਉੱਤੇ ਭੁੱਲੇ ਵਾਲੀ ਕਾਂਡ ਜਿੱਥੇ ਉੱਤੇ ਜਾਂਚ ਜਿਹਦੇ ਵਿੱਚ ਬਿੱਟੂ ਔਲਖ ਹੋਰਾਂ ਦਾ ਨਾਮ ਆਇਆ ਬੋਨੀ ਅਮਰਪਾਲ ਹੋਰਾਂ ਦੇ ਨਾਮ ਆਏ ਸਾਨ ਦੇ ਨਾਮ ਆਏ ਇਹ ਜਾਂਚ ਕਿੱਥੇ ਤੇ ਕਿੱਧਰ ਨੂੰ ਗਈ ਹੈ ਇਹਦੇ तमाम ਜਿਹੜੀ ਆ ਗੱਲਬਾਤ ਕਰਨ ਦੇ ਲਈ ਉਹਦੇ ਅੱਗੇ ਕੀ ਕੁਸ਼ ਹੈਗਾ ਆਪਾਂ ਨਵਕਿਰਨ ਸਿੰਘ ਲਾਇਰ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨਾਲ ਜੁੜੇ ਨੇ ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ 'ਚ ਥੈਂਕ ਯੂ ਸੋ ਮਚ ਜੀ ਜਾਣੇ ਵਾਲੇ ਅਜੀ ਸਦਰ ਨਵਕਿਰਨ ਸਿੰਘ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਨਰਿੰਜਨ ਸਿੰਘ ਜਾਂਚ ਕਰ ਰਹੇ ਸੀਗੇ ਨਰਿੰਜਨ ਸਿੰਘ ਦੀ ਜਾਂਚ ਕਿੱਥੇ ਖੜੀ ਹੈ ਕਿਵੇਂ ਹੋਇਆ ਕਿਉਂਕਿ ਸਾਰਾ ਮਾਮਲਾ ਜਿਹੜਾ ਹੈ ਅਦਾਲਤ ਦੇ ਨਿਗਰਾਨ ਹੇਠ ਹੈ ਅਦਾਲਤ ਦੇ ਵਿੱਚ ਇੱਕ ਕਰਾਸ ਹੋ ਚੁੱਕਿਆ ਹੈ ਇਸ ਕਰਾਸ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪਿੱਛੇ ਜਿਹੜਾ ਹੈਗਾ ਬਿੱਟੂ ਔਲਖ ਤੇ ਸੁੱਖਾ ਜਿਹੜਾ ਸੁਖਜੀਤ ਸੁੱਖਾ ਹੈ ਉਹਨਾਂ ਦੇ ਵਕੀਲ ਸੁਮੇਸ਼ ਜੈਨ ਨੇ ਕੁਝ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਹੈ ਖਲਾਸਾ ਹੁੰਦਾ ਹੈ 7 ਸਤੰਬਰ ਨੂੰ ਕੀ ਖਲਾਸਾ ਹੋਇਆ ਜੀ ਇਹ ਸਾਰੀ ਜਾਂਚ ਦੇ ਵਿੱਚ ਦੇਖੋ ਜੀ ਇਸ ਤਰ੍ਹਾਂ ਹੈ ਕਿ ਇਹਦੀ ਬੈਕਗ੍ਰਾਉਂਡ ਵਿੱਚ ਥੋੜਾ ਜਾਣਨਾ ਪਏਗਾ ਜੀ ਜਨਵਰੀ 2015 ਦੇ ਵਿੱਚ ਜਦੋਂ ਸਾਨੂੰ ਪਤਾ ਚੱਲਿਆ ਵੀ ਨਿਰੰਜਨ ਸਿੰਘ ਨੇ ਇੱਕ ਵਾਰੀ ਵਿਕਰਮਜੀਠੀਏ ਨੂੰ ਜਦੋਂ ਰੈਵਿਨਿਊ ਮਿਨਿਸਟਰ ਸੀਗਾ ਉਦੋਂ ਜੀ ਉਹਨੂੰ ਸਾਮਨ ਕੀਤਾ ਹੂੰ ਹੂੰ ਕਿਉਂਕਿ ਕੋਈ ਸਬੂਤ ਸਾਹਮਣੇ ਆਏ ਸੀ ਜਿਦੇ ਵਿੱਚ ਉਹਦੀ ਇਨਵੋਲਵਮੈਂਟ ਸੀਗੀ ਡਰੱਗ ਮਾਫੀਆ ਦੇ ਵਿੱਚ ਜੀ ਤੇ ਉਹ ਜਦੋਂ ਇੱਕ ਵਾਰੀ ਸੰਮਨ ਕੀਤਾ ਤੇ ਦੂਜੀ ਵਾਰੀ ਸੰਮਨ ਕਰਨ ਦੀ ਤਿਆਰੀ ਕਰ ਰਿਹਾ ਸੀਗਾ ਤੇ ਜਿਹੜਾ ਅਕਾਲੀਆਂ ਦੀ ਕਿਉਂਕਿ ਭਾਈਵਾਲ ਸਰਕਾਰ ਸੀ ਬੀਜੇਪੀ ਹੂੰ ਹੂੰ ਤੇ ਇਹਨਾਂ ਨੇ ਰੌਲਾ ਪਾ ਕੇ ਤੇ ਉੱਥੋਂ ਦਿੱਲੀੋਂ ਜਿਸ ਤਰ੍ਹਾਂ ਦਾ ਜ਼ਬਾਅ ਪਾਣਾ ਸ਼ੁਰੂ ਕਰਤਾ ਤੇ ਨਿਰੰਜਨ ਸਿੰਘ ਦੇ ਆਰਡਰ ਕਰਾਤੇ ਵੀ ਉਹਨੂੰ ਜਿਹੜਾ ਹੈਗਾ ਬੰਗਾਲ ਦੇ ਵਿੱਚ ਇੱਕ ਚਿੱਟ ਫੰਡ ਸਕੈਮ ਹੋਇਆ ਸੀਗਾ ਵੀ ਉਹਦੇ ਵਾਸਤੇ ਭੇਜਿਆ ਜਾਇਆ ਤਫ਼तीश ਕਰਨ ਲਈ ਹੂੰ ਹੂੰ ਜਦੋਂ ਸਾਲੋ ਬਰਾ ਚੱਲਿਆ ਵੀ ਸਾਨੂੰ ਲੱਗਿਆ ਵੀ ਇਹ ਜਿਹੜਾ ਸਾਰਾ ਕੇਸ ਜਿਹੜਾ ਹੈਗਾ ਡੀਰੀਲ ਕਰਨਾ ਚਾਹੁੰਦੇ ਨੇ ਜੀ ਕਿਉਂਕਿ ਚਾਹੁੰਦੇ ਨਹੀਂ ਐ ਵੀ ਮਜੀਠੀਏ ਨੂੰ ਕੋਈ ਹੱਥ ਪਾਵੇ ਹੂੰ ਹੂੰ ਤੇ ਸਾਡੀ ਜਥੇਬੰਦੀ ਨੇ ਹਾਈ ਕੋਰਟ ਵਿੱਚ ਕੇਸ ਫਾਈਲ ਕੀਤਾ ਵੀ ਇਹਦੀ ਟਰਾਂਸਫਰ ਜਿਹੜੀ ਹੈ ਉਹ ਤੇ ਰੋਕ ਲਈ ਜਾਵੇ ਜੀ ਕਿਉਂਕਿ ਨਿਰੰਜਨ ਸਿੰਘ ਜਿਹੜੀ ਤਫ਼ਤੀਸ਼ ਕਰ ਰਿਹਾ ਉਹ ਡੇ ਟੂ ਡੇ ਕਰਕੇ ਤੇ ਮਹੀਨਿਆਂ ਦੇ ਮਹੀਨਿਆਂ ਦੇ ਨਾਲ ਉਹ ਆਪਣਾ ਸਟੇਟਸ ਰਿਪੋਰਟ ਫਾਈਲ ਕਰਦਾ ਸੀ ਹਾਈ ਕੋਰਟ ਵਿੱਚ ਹਾਈ ਕੋਰਟ ਚ ਅੱਛਾ ਜੀ ਤੇ ਵੀ ਇਹ ਰੋਜ਼ ਤਨਾਈ ਪਰ ਮਹੀਨਿਆਂ ਚ ਰਿਪੋਰਟ ਫਾਈਲ ਕਰਦਾ ਹੈ ਤੇ ਹਾਈ ਕੋਰਟ ਇਹਨੂੰ ਸੁਪਰਵਾਈਜ਼ ਕਰ ਰਹੀ ਹੈ ਇਹ ਦੋਸ਼ ਨੂੰ ਹਮ ਹਮ ਇਸ ਕਰਕੇ ਇਸ ਸ਼ਖਸ ਨੂੰ ਜਿਹੜਾ ਟਰਾਂਸਫਰ ਕਰਨਾ ਬਿਨਾ ਹਾਈ ਕੋਰਟ ਦੀ ਮਨਜ਼ੂਰੀ ਤੋਂ ਗਲਤ ਹੈ ਜੀ ਹਾਈ ਕੋਰਟ ਨੇ ਉਹਦੀ ਟਰਾਂਸਫਰ ਸਟੇ ਕਰ ਦਿੱਤੀ ਹਮ ਹਮ ਤੇ ਅਸੀਂ ਇਹ ਸੋਚਿਆ ਵੀ ਅਸੀਂ ਨਿਰੰਜਨ ਸਿੰਘ ਨੂੰ ਤਕੜੇ ਕਰਕੇ ਹੁਣ ਜਿਹੜਾ ਹੈਗਾ ਜਿਹੜਾ ਸੱਚ ਨੂੰ ਬਾਹਰ ਕੱਢ ਸਕਾਂਗੇ ਜੀ ਅਸੀਂ ਸਮੇਂ ਨਾਲ ਅਸੀਂ ਦੇਖਿਆ ਕਿ ਨਿਰੰਜਨ ਸਿੰਘ ਜਿਹੜਾ ਹੈਗਾ ਮੈਂ ਵੀ ਕਦੀ ਕਹਿੰਦਾ ਮੇਰੇ ਕੋਲ ਜੀ এমਪਲੋਇਜ਼ ਨਹੀਂ ਹੈਗੇ ਕਦੀ ਕਹਿੰਦਾ ਜੀ ਮੇਰੇ ਕੋਲ ਬੰਦੇ ਬੰਦੇ ਨਹੀਂ ਹੈਗੇ ਉਹ ਲੋਕ ਘਾਤਦੇ ਨੇ ਹੂੰ ਹੂੰ ਉਹ ਹਰੇਕ ਪੇਸ਼ੀ ਤੇ ਕੋਈ ਨਾ ਕੋਈ ਗੱਲ ਕਰਦਾ ਰਹਿੰਦਾ ਸੀ ਗੱਲ ਇਹ ਅਸੀਂ ਵੀ ਜਿਹੜਾ ਸੋਚਿਆ ਵੀ ਹਾਲੇ ਸਬੂਤ ਇਕੱਠੇ ਨਹੀਂ ਹੋਏ ਹੋਣੇ ਹਾਂ ਵੀ ਲੱਗਿਆ ਉਹ ਜਿਹੜੀ ਹਾਂ ਲੱਗਿਆ ਹੈ ਕੰਮ ਤੇ ਹੂੰ ਹੂੰ ਹੁਣ ਜੀ ਉਹ ਕ੍ਰਾਸ ਐਗਜ਼ਾਮੀਨੇਸ਼ਨ ਦੀ ਗੱਲ ਕਰਕੇ ਗਿਆ 7 9 2018 ਨੂੰ ਹੂੰ ਹੂੰ ਸਪੈਸ਼ਲ ਜੱਜ ਨਿਰਪਾਉ ਸਿੰਘ ਗਿਲ ਹੋਰਾਂ ਕੋਲ ਐਸਐਸ ਮਗਰ ਮੋਹੱਲੀ ਵਿੱਚ ਹੂੰ ਹੂੰ ਉਹਦੇ ਜੋ ਕਹਿੰਦੇ ਜੀ ਕਿ ਮੈਂ ਉਹਨੂੰ ਸੱਦਿਆ ਹੂੰ ਉਹਨੇ ਮੇਰੇ ਨਾਲ ਜਿਹੜਾ ਕੋਆਪਰੇਟ ਨਹੀਂ ਕੀਤਾ ਅੱਛਾ ਗੱਲ ਵੀ ਜੋ ਮੈਂ ਇਨਵੈਸਟੀਗੇਸ਼ਨ ਕਰਨੀ ਚਾਹੀਏ ਉਹਦੇ 'ਚ ਉਹ ਮੇਰੇ ਮੈਂ ਵੀ ਉਹਦੇ ਠੀਕ ਜਵਾਬ ਨਹੀਂ ਦਿੱਤੇ ਹੂੰ ਹੂੰ ਤੇ ਨਾਲ ਨੂੰ ਪੁੱਛਿਆ ਗਿਆ ਵੀ ਜੇ ਕੋਈ ਠੀਕ ਜਵਾਬ ਨਹੀਂ ਦਿੰਦਾ ਤਾਂ ਕੀ ਲੋੜ ਨਹੀਂ ਪੈਂਦੀ ਉਹਨੂੰ ਅਰੈਸਟ ਕਰਨ ਦੀ ਕਹਿੰਦੇ ਰੈਸਟ ਕਰਨ ਦੀ ਵੀ ਲੋੜ ਪੈ ਸਕਦੀ ਹੈ ਹੂੰ ਹੂੰ ਉਹ ਕਹਿੰਦਾ ਉਹਦੇ ਪ੍ਰੈਜ਼ੈਂਸ ਲੈਣ ਲਈ ਕੋਈ ਤੂੰ ਬਈ ਕੁਝ ਕੀਤਾ ਵੀ ਉਹਦੇ ਵਾਰੰਟ ਕਰਨ ਲਈ ਉਹ ਕਹਿੰਦਾ ਨਹੀਂ ਕੀਤਾ ਜੀ ਕਿਉਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਇਹਦਾ ਜਵਾਬ ਨਹੀਂ ਨਾ ਉਹ ਤੋਂ ਸਵਾਲ ਪੁੱਛਿਆ ਗਿਆ ਨਾ ਉਹਨੇ ਜਵਾਬ ਦਿੱਤਾ ਨੇ ਕਿ ਆਈ ਹੈਵ ਨਾਟ ਮੂਵਡ ਐਨੀ ਐਪਲੀਕੇਸ਼ਨ ਬਿਫੋਰ ਦ ਕੋਰਟ ਫਾਰ ਇਸ਼ੂਐਂਸ ਆਫ ਵਾਰੰਟ ਟੂ ਸਿਕਿਉਰ ਪ੍ਰੈਜ਼ੈਂਸ ਆਫ ਵਿਕਰਮ ਸਿੰਘ ਜੀ ਜੀ ਉਹਨਾਂ ਗੱਲ ਤਾਂ ਹੈਗੀ ਹੈ ਕਿ ਐਵੀਡੈਂਸ ਤੇਰੇ ਕੋਲ ਅਵੇਲੇਬਲ ਹੈ ਦੂਜੀ ਵਾਰੀ ਤੂੰ ਸੰਬੰਧ ਕਰਨ ਤੋਂ ਪਹਿਲੇ ਤੈਨੂੰ ਜਿਹੜੀ ਹੈਗੀ ਹੈ ਮਿਨਿਸਟਰੀ ਉਹ ਟ੍ਰਾਂਸਫਰ ਕਰ ਦਿੰਦੀ ਹੈ ਕਰ ਦਿੰਦੀ ਹੈ ਹਾਂਜੀ ਅਸੀਂ ਤੈਨੂੰ ਵਿਚਾਲ ਲੈਨੇ ਆ ਇਸ ਇਸ ਬਿਨਾ ਹਾਸੇ ਨਾਲ ਹੂੰ ਹੂੰ ਕਿ ਤੂੰ ਜਿਹੜਾ ਸਰਚ ਕੱਢੇਗਾ ਜੀ ਲੇਕਿਨ ਲੱਗਦਾ ਗੱਲਾਂ ਕਿਤੇ ਹੋਰ ਹੈਗੀਆਂ ਨੇ ਤੇ ਜਿਹੜਾ ਹੈਗਾ ਸਾਨੂੰ ਨਹੀਂ ਗੜਬੜ ਸਕਦੇ ਕਿਰੇ ਹਾਂ ਸਕਦੇ ਕਿਰੇ ਚ ਆ ਗਿਆ ਕੀ ਕੀ ਲੱਗਦਾ ਕਿ ਨਰਿੰਜਨ ਸਿੰਘ ਮਜਬੂਰ ਹੈ ਜਾਂ ਬਿਕ ਗਿਆ ਕੀ ਕਹਾਣੀ ਹੈ ਸੂਈ ਕਿਉਂ ਉੱਟ ਰਹੀ ਆ ਉਹਦੇ ਤੇ ਤੁਹਾਡੇ ਮਤਲਬ ਕੀ ਲੱਗਦਾ ਤੁਹਾਨੂੰ ਦੇਖੋ ਜੀ ਉਹਨੂੰ ਤੰਗ ਤਾਂ ਬੜਾ ਕੀਤਾ ਹੋਇਆ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੀ ਕਿਉਂਕਿ ਉਹਨੇ ਆਪਣਾ ਵਕੀਲ ਨਾਲ ਖੜਾ ਕੀਤਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਵਾਲੇ ਉਹਦੇ ਉਹਦੀ ਮੁਖਾਲਫਤ ਕਰਨ ਲਈ ਉਹਨਾਂ ਨੇ ਆਪਣਾ ਵਕੀਲ ਖੜਾ ਕੀਤਾ ਹੋਇਆ ਪਰ ਜਦੋਂ ਹਾਈ ਕੋਰਟ ਨੇ ਉਹਨੂੰ ਪੂਰੀ ਪਾਵਰਾਂ ਦਿੱਤੀਆਂ ਕਿ ਤੂੰ ਸਾਨੂੰ ਰਿਪੋਰਟਾਂ ਦੇਣੀਆਂ ਹਰੇਕ ਪੇਸ਼ੀ ਤੇ ਉਸੀਲਬੰਦ ਰਿਪੋਰਟਾਂ ਦੇਣਾ ਜੀ ਇਸ ਤੋਂ ਬਾਅਦ ਕਿਸੇ ਬੰਦੇ ਨੂੰ ਕੀ ਹਾਈ ਕੋਰਟ ਟੱਕੜਾ ਕਰ ਸਕਦਾ ਉਹਨੂੰ ਸਿਕਿਉਰਿਟੀ ਲਗਾ ਕੇ ਦਿੱਤੀ ਉਹਨੂੰ ਗੱਡੀਆਂ ਦਿੱਤੀਆਂ ਹੂੰ ਹੂੰ ਸਭ ਕੁਝ ਦਿੱਤਾ ਜੀ ਉਸ ਤੋਂ ਬਾਅਦ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦੇ ਤੇ ਕੋਈ ਦਬਾਅ ਹੈਗਾ ਜੇ ਉਹਨੂੰ ਜਬਾਜ ਹੀ ਹੈਗਾ ਤੇ ਜੇ ਕੋਈ ਡਰ ਕੇ ਹੀ ਕੰਮ ਨਾ ਕਰੇ ਤੇ ਮੇਰੇ ਖਿਆਲ ਇਹ ਤਾਂ ਗਲਤ ਹੋਏਗੀ ਹਮ ਹਮ ਪਰ ਕੀ ਮਾਮਲਾ ਕੀ ਲੱਗਦਾ ਕਿਉਂਕਿ ਜਿਵੇਂ ਆਪਾਂ ਦੱਸੀਏ ਕਿ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਕੇਂਦਰ ਦੇ ਵਿੱਚ ਫੋ ਪੈਂਦਾ ਵਿਕਰਮਜੀਤ ਸਿੰਘ ਮਜੀਠੀਆ ਦੀ ਭੈਣ ਵਜ਼ੀਰ ਨੇ ਉੱਥੇ ਪਰ ਦੂਜੇ ਪਾਸੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਵੀ ਸੂਈਆਂ ਸੀਗੀਆਂ ਕਿ ਕੇਂਦਰ ਜਿਹੜਾ ਉਹ ਨਾਰਾਜ਼ ਆ ਕਿਤੇ ਨਾ ਕਿਤੇ ਇਕਾਲੀ ਦਲ ਨਾਲ ਭਾਜੀਪੀ ਨਾਰਾਜ਼ ਨਜ਼ਰ ਆਉਂਦੀ ਹੈ ਹਾਇਰ ਲੈਵਲ ਦੇ ਉੱਤੇ ਪਰ ਇਹ ਕੀ ਲੱਗਦਾ ਤੁਹਾਨੂੰ ਤਮਾਮ ਜਿਹੜਾ ਹੈਗੀਆਂ ਕੀ ਭਾਜੀਪੀ ਦੀ ਕੇਂਦਰ ਸਰਕਾਰ ਜਿਹੜੀ ਹੈਗੀ ਆ ਇਸ ਮਾਮਲੇ ਦੇ ਉੱਤੇ ਕੋਈ ਰਿਲੈਕਟੈਂਟ ਨਜ਼ਰ ਆਉਂਦੀ ਹੈ ਦੇਖੋ ਜੀ ਆਪਾਂ ਐਵੇਂ ਕਹੀਏ ਕਿ ਬੀਜੇਪੀ ਸਰਕਾਰ ਕੋਈ ਨਵੇਕਲੀ ਚੀਜ਼ ਕਰ ਰਹੀ ਹੈ ਜੀ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਨੇ ਉਹ ਆਪਣੀਆਂ ਸਰਕਾਰਾਂ ਚਲਾਉਣ ਵਿੱਚ ਜ਼ਿਆਦਾ ਯਕੀਨ ਰੱਖਦੀਆਂ ਨੇ ਕੋਈ ਐਥਿਕਸ ਦੀ ਗੱਲ ਨਹੀਂ ਹੁੰਦੀ ਹੂੰ ਹੂੰ ਪੋਲਿਟਿਕਸ ਵਿੱਚ ਤੇ ਐਥਿਕਸ ਦਾ ਕੋਈ ਆਪਸ ਵਿੱਚ ਦੋਸਤੀ ਨਹੀਂ ਹੈ ਹੂੰ ਹੂੰ ਜੋ ਆਪਾਂ ਆਪਣੇ ਤਜਰਬੇ ਦੇਖਿਆ ਤੁਸੀਂ ਵੀ ਤਜਰਬੇਕਾਰ ਬੰਦੇ ਹੋ ਹੂੰ ਹੂੰ ਕੋਈ ਵੀ ਬੰਦਾ ਜੇ ਕਰਪਟ ਹੈਗਾ ਪਰ ਉਹਦੇ ਨਾਲ ਸਰਕਾਰ ਡਿਗਰੀ ਹੈ ਜਾਂ ਉਹਦੇ ਨਾਲ ਪਾਰਟੀ ਬਦਨਾਮ ਹੁੰਦੀ ਹੈ ਹੁਣ ਨਸ਼ਿਆਂ ਦੇ ਮੁੱਦੇ ਦੇ ਉੱਤੇ ਬੀਜੇਪੀ ਨੂੰ ਕਿੰਨਾ ਨੁਕਸਾਨ ਹੋਇਆ ਜੀ ਕਿ ਅੱਜ ਉਹਦਾ ਉਹਨਾਂ ਦੇ ਪੈਰ ਹੀ ਨਹੀਂ ਲੱਗਦੇ ਪਏ ਪੰਜਾਬ ਵਿੱਚ ਲੇਕਿਨ ਉਹਨਾਂ ਨੇ ਕੀ ਭਾਈਵਾਲੀ ਜਿਹੜੀ ਆਪਣੀ ਤੋੜ ਲਈ ਇਕੱਲਿਆਂ ਨਾ ਨਹੀਂ ਤੋੜੀ ਨਹੀਂ ਤੋੜੀ ਹੈ ਨਾ ਜੀ ਹੂੰ ਹੂੰ ਉਹ ਐ ਸਮਝਦੇ ਨੇ ਵੀ ਚਲੋ 18 ਐਮਐਲ ਐਮਪੀ ਹੈਗੇ ਨੇ ਇੱਥੋਂ ਜਿਹੜੇ ਆਉਂਦੇ ਨੇ ਜੀ 18 ਐਮਪੀ ਵਿੱਚੋਂ ਜਿਹੜੇ 2-3 ਸਾਡੇ ਬੰਦੇ ਹੁੰਦੇ ਨੇ ਹੂੰ ਹੂੰ ਉਹ ਨਹੀਂ ਵੀ ਬਨਣਗੇ ਕੋਈ ਫਰਕ ਨਹੀਂ ਪੈਂਦਾ ਜੀ ਲੇਕਿਨ ਯਾਰੀ ਦੋਸਤੀ ਤਾਂ ਨੇ ਭਾਈਏ ਹੂੰ ਹੂੰ ਸੋ ਇਹ ਗੱਲਾਂ ਜਿਹੜੀਆਂ ਨੇ ਆਮ ਬੰਦੇ ਦੇ ਸੋਚ ਤੋਂ ਬਾਹਰ ਨੇ ਵੀ ਇਹ ਲੋਕ ਕਿੰਨੇ ਅਨੈਥੀਕਲ ਨੇ ਜੀ ਵੀ ਪੰਜਾਬ ਦੀ ਨੌਜਵਾਨੀ ਦਾ ਕਾਣ ਹੋ ਰਿਹਾ ਹੈ ਉਹਦੇ ਵਿੱਚ ਕੁਝ ਕਰਨਾ ਵੀ ਨਹੀਂ ਚਾਹੁੰਦੇ ਹੂੰ ਹੂੰ ਤੇ ਜੋ ਸੈਂਟਰਲ ਗਵਰਨਮੈਂਟ ਦਾ ਰੋਲ ਹੈ ਅਸੀਂ ਬਾਰ-ਬਾਰ ਜਿਹੜੇ ਚੀਕਾ ਮਾਰ ਕੇ ਇਹਨਾਂ ਨੂੰ ਕਹਿੰਨੇ ਆ ਜੀ ਵੀ ਜਿਹੜੀ ਤੁਹਾਡਾ ਨਾਰਕੋਟਿਕ ਕੰਟਰੋਲ ਬਿਊਰੋ ਹੈਗਾ ਉਹਦੇ ਵਿੱਚ ਹੋਰ ਬੰਦੇ ਭੇਜੋ ਈਡੀ ਵੀ ਹੋਰ ਬੰਦੇ ਭੇਜੋ ਤਾਰਾਂ ਦੇ ਨਾਲ ਗੱਲ ਨਹੀਂ ਬਣ ਰਹੀ ਬੀਐਸਐਫ ਦੀ ਉਹਨਾਂ ਨੇ ਲਿਖ ਕੇ ਭੇਜਿਆ ਜੀ ਕਿ ਤੋ 50 ਕੇਰਟ ਮਸ਼ੀਨਸ ਲਗਾਓ ਤਾਂ ਕਿ ਲੋਕੀ ਪਲਾਸਟਿਕ ਵੀ ਪਾਈਪ ਆ ਕੇ ਉਹਦੇ ਵਿੱਚੋਂ ਡਰਗ ਕੱਢ ਦਿੰਦੇ ਨੇ ਜੀ ਜੀ ਤਾਰਾਂ ਦੀ बिजਲੀਆਂ ਵਾਲੀ ਤਾਰਾਂ ਨਾਲ ਕੋਈ ਫਾਇਦਾ ਹੀ ਨਹੀਂ ਹੈਗਾ ਹੂੰ 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 ਉਹ ਵੀ ਅਸੀਂ ਆਰਡਰ ਕਰਵਾਏ ਨੇ ਸੋ ਕਹਿਣ ਦਾ ਮਤਲਬ ਹੈ ਵੇ ਕਿ ਮੈਨੂੰ ਤਾਂ ਐਂ ਲੱਗਦਾ ਹੈ ਜਿਵੇਂ ਪੰਜਾਬ ਦੇ ਬੱਚਿਆਂ ਦਾ ਕਤਲੇਆਮ ਕਰਨ ਦੀ ਸਾਜ਼ਿਸ਼ ਬੜੀ ਡੂੰਗੀ ਚੱਲੀ ਹੋਈ ਹੈ ਬਿਲਕੁਲ ਵਕੀਲ ਸਭ ਕਿੰਨੇ ਕਹਤੇ ਮੈਂ ਵੀ ਆਪਣੇ ਕੱਲ ਜਦੋਂ ਲਾਈਵ ਕੀਤਾ ਜਾਂ ਪਰਸੋਂ ਚੌਥੇ ਵੀ ਮੈਨੂੰ ਥੋੜਾ ਜਿਹਾ ਸਮਾਂ ਮਿਲਿਆ ਜਿਵੇਂ ਮੈਨੂੰ ਇੰਜ ਲੱਗਦਾ ਕਿ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਡੈਲੀਬਰੇਟਲੀ ਡਿਲੂਟ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਇੱਥੇ ਸਾਨੂੰ ਰੱਖਣਾ ਨਹੀਂ ਚਾਹੁੰਦੇ ਉਹ ਕਹਿੰਦੇ ਨੇ ਨਿਕਲ ਜਾਓ ਜਿਸ ਮਰਜ਼ੀ ਢੰਗ ਨਾਲ ਨਿਕਲ ਜਾਓ ਪੰਜਾਬ ਆ ਜਿਹੜਾ ਖਾਲੀ ਕਰੋ ਜਿਹੜੇ ਲੋਕਲ ਬਚਿੰਦੇ ਨੇ ਨਹੀਂ ਇਸ ਤਰ੍ਹਾਂ ਹੈ ਕਿ ਖਾਲੀ ਕਰਨ ਨੂੰ ਤਾਂ ਉਹ ਜੋ ਕਿ ਖਾਲੀ ਜਿੰਨਾ ਹੋ ਰਿਹਾ ਹੈ ਉਹਨਾਂ ਹੀ ਪਰਫੁੱਲਤ ਹੋ ਰਿਹਾ ਜੀ ਕਹਿੰਦਾ ਕਿ ਜਿਹੜਾ ਬਾਹਰ ਸਿੱਖ ਜਾ ਰਿਹਾ ਹੈ ਹਾਂਜੀ ਉਹ ਪਰਸੂਲਤ ਹੋ ਰਿਹਾ ਔਰ ਉਹਨਾਂ ਨਾਲ ਉਹਨਾਂ ਦੀ ਪ੍ਰੋਬਲਮਸ ਘਟ ਨਹੀਂ ਰਹੀਆਂ ਹੂੰ ਹੂੰ ਬਟ ਉਹ ਇਹ ਚਾਹੁੰਦੇ ਨੇ ਵੀ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਖੱਸੀ ਕਰਦੇ ਜੀ ਨਾ ਕਿਉਂਕਿ ਜੇ ਸ਼ਰੀਰਿਕ ਤੌਰ ਤੇ ਕੋਈ ਮਰ ਜਾਂਦਾ ਹੂੰ ਹੂੰ ਤੇ ਮਾਨਸਿਕ ਤੌਰ ਤੇ ਵੀ ਨਾਲ ਹੀ ਉਹਨੇ ਮਰ ਜਣਾ ਸੋਚਣ ਦੀ ਸ਼ਕਤੀ ਨਹੀਂ ਰਹਿਣੀ ਜੀ ਜਿਹੜੇ ਜਿਹੜਾ ਅਸੀਂ ਸਾਡੀ ਪ੍ਰਾਈਡ ਹੈ ਪੰਜਾਬੀਆਂ ਦੀ ਵੀ ਅਸੀਂ ਬੜੇ ਜਿਹੜੇ ਹੌਸਲੇ ਵਾਲੇ ਆ ਤਾਕਤ ਰੱਖਦੇ ਆ ਹੂੰ 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 ਕਹਿੰਦਾ ਕਿ ਜੁੱਸੇ ਵਾਲੇ ਛਡੋਲ ਪੰਜਾਬੀ ਨੌਜਵਾਨ ਉਹ ਜੇ ਪਨੀਰੀ ਹੀ ਤੁਹਾਡੀ ਖਤਮ ਕਰ ਦੇਣਗੇ ਜੀ ਮੈਨੂੰ ਇਹ ਲੱਗਦਾ ਕਿਉਂਕਿ ਦੇਖੋ ਡਰਗ ਤਾਂ ਮਨ ਲੀ ਕਿ ਪਾਕਿਸਤਾਨ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਤਾਂ ਜੰਮੂ ਕਸ਼ਮੀਰ ਦਾ ਵੀ ਹੈਗਾ ਐਂਡ ਸਾਡੇ ਤੋਂ ਜ਼ਿਆਦਾ ਤੇ ਸੁੰਨਸਾਨ ਜਿਹੜਾ Rajasthan ਦਾ ਤੇ Gujarat ਦਾ ਹੈਗਾ ਹੈ ਨਾ ਜੀ ਉਥੋਂ ਇਹ ਡਰਗ ਜਿਹੜੀ ਹੈ ਆਂਦੀ ਨਹੀਂ ਆਂਦੀ ਸਾਡ ਨੂੰ ਨਹੀਂ ਪਤਾ ਪਰ ਉਥੇ ਲੋਕੀ ਕੰਜ਼ੂਮ ਨਹੀਂ ਕਰ ਰਹੇ ਹੂੰ ਹੂੰ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਬੜਾ ਕੋਈ ਵੱਡਾ ਕਰੀਅੰਟਰ ਰਹਿ ਗਿਆ ਜੀ ਜਿਹਦੇ ਜਿਹਦੇ ਕਰਕੇ ਸਾਰਾ ਪੰਜਾਬੀਆਂ ਦੀ ਨੌਜਵਾਨੀ ਨੂੰ ਗੜ੍ਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹੂੰ ਸਾਡੇ ਕੋਲੇ ਦੋ ਮਸਲੇ ਨੇ ਸਰਦਾਰ ਨਵਕਰਨ ਸਿੰਘ ਜੀ ਪੰਜਾਬ ਦੇ ਅਹਿਮ ਨਸ਼ਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੋਨਾਂ ਮਸਲਾਂ ਦੇ ਉੱਤੇ ਜਿਸ ਢੰਗ ਦੇ ਨਾਲ ਰਾਜਨੀਤੀ ਹੋ ਰਹੀ ਹੈ ਦੋਹਾਂ ਮਸਲਾਂ ਦੇ ਉੱਤੇ ਡੀਰੇਲ ਕੀਤਾ ਜਾ ਰਿਹਾ ਇਹਨਾਂ ਮਸਲਾਂ ਦੀ ਇਨਵੈਸਟੀਗੇਸ਼ਨ ਕਿ ਕਿਵੇਂ ਕਿਉਂ ਕੀ ਲੱਗਦਾ ਤੁਹਾਨੂੰ ਸਾਰੇ ਬੰਵ ਦੇ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਜਿਹੜਾ ਗੁਰੂ ਗੁਰੂ ਰੰਤਸਰ ਜੀ ਦੀ ਬੇਅਦਬੀ ਦੇ ਜਿਹੜੇ ਕੇਸਸ ਹੈਗੇ ਨੇ ਉਹਦੇ ਵਿੱਚ ਇਨਕੁਆਇਰੀ ਰਿਪੋਰਟ ਆਈ ਹੈ। ਹੂੰ ਹੂੰ ਇਨਕੁਆਇਰੀ ਰਿਪੋਰਟ ਤੋਂ ਬਾਅਦ ਅਮਰਿੰਦਰ ਸਿੰਘ ਹੋਰੀ ਜੇ ਆਪਾਂ ਸਹੀ ਗੱਲ ਕਹੀਏ ਤੇ ਉਹ ਉਹਨਾਂ ਨੇ ਇਲੈਕਸ਼ਨ ਤੋਂ ਪਹਿਲੇ ਹੀ ਉਹਨਾਂ ਨੇ ਪ੍ਰੋਮਿਸ ਕੀਤਾ ਹੋਇਆ ਸੀਗਾ। ਜੀ ਆਪਣਾ ਜੋ ਲੋਕ ਸੁਣਦੇ ਨੇ ਕਿ ਜਿਹੜਾ ਲੁਧਿਆਣਾ ਸਿਟੀ ਸਕੈਮ ਸੀਗਾ ਤੇ ਇੱਕ ਹੋਰ ਕੇਸ ਦੇ ਵਿੱਚ ਜੀ ਉਹਨਾਂ ਨੇ ਕੈਂਸਲੇਸ਼ਨ ਰਿਪੋਰਟਾਂ ਆਪਣੇ ਹੁੰਦਿਆਂ ਅਕਾਲੀਆਂ ਨੇ ਪਾਈਆਂ। ਹੂੰ ਹੂੰ ਇਸ ਸਪੈਕਸ ਦੇ ਥੱਲੇ ਵੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਤਾਂ ਰਹਿਣਾ ਨਹੀਂ। ਹੂੰ ਹੂੰ ਪਰ ਜੇ ਕਾਂਗਰਸ ਆਏਗੀ ਤੇ ਤੁਸੀਂ ਸਾਡੇ ਖਿਲਾਫ ਇਹ ਕੰਮ ਨਹੀਂ ਕਰੋਗੇ ਉਹਨਾਂ ਇਹ ਜਿਹੜੀ ਸਾਰੀ ਇਹ ਗੱਲਾਂ ਜਿਸ ਤਰੀਕੇ ਦੀ ਸਪੀਚਸ ਅਸੈਂਬਲੀ ਵਿੱਚ ਅਮਰਿੰਦਰ ਹੋਰੀ ਦੇ ਰਹੇ ਨੇ ਉਹ ਸਾਰੀ ਟੂ ਦਾ ਗੈਲਰੀ ਹੈ ਜੀ ਲੋਕਾਂ ਦਸ ਲਈ ਦੇਖੋ ਜੀ ਮੈਂ ਤਾਂ ਬਾਦਲ ਨੂੰ ਗੱਲਾਂ ਵੀ ਕਣਤੀਆਂ ਹੂੰ ਹੂੰ ਹਾਂਜੀ ਉਧਰ ਸੁਖਵੀਰ ਉਧਰ ਸੁਖਵੀਰ ਸਿੰਘ ਬਾਦਲ ਹੋਰ ਕਹਿ ਰਿਹਾ ਕਿ ਅਸੀਂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਗਧੇ ਤੇ ਬਿਠਾ ਕੇ ਸ਼ਹਿਰ ਦਾ ਢੇਡਾ ਲਵਾਵਾਂਗੇ ਸ਼ਹਿਰ ਦਾ ਢੇਡਾ ਲਵਾਵੋਗੇ ਇਹ ਵੀ ਇਹ ਵੀ ਇਹ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਕਰ ਲਓ ਜੋ ਸਾਡਾ ਕਰਸਾ ਨੂੰ ਉਹਨੂੰ ਅੰਦਰ ਕਰਕੇ ਦਿਖਾਓ ਅੰਦਰ ਕਰਕੇ ਦਿਖਾਓ ਹਾਂ ਉਹ ਸਾਰੀਆਂ ਜਿਹੜੇ ਡਾਇਲੌਗ ਬੋਲੇ ਜਾ ਰਹੇ ਨੇ ਲੋਕਾਂ ਨੂੰ ਐਵੇਂ ਬੇਫਕੂ ਬਣਾ ਲਈ ਬੋਲੇ ਜਾ ਰਹੇ ਨੇ ਅਲਟੀਮੇਟਲੀ ਦੋਨੋਂ ਦੀ ਆਪਸ ਵਿੱਚ ਫ੍ਰੈਂਡਲੀ ਮੈਚ ਹੈ ਹੂੰ ਐਂਡ ਐਂਡ ਕਾਂਗਰਸੀ ਵੀ ਅਮਰਿੰਦਰ ਤੋਂ ਤੰਗ ਨੇ ਹੂੰ ਹੂੰ ਕਿਉਂਕਿ ਪਾਰਟੀ ਦਾ ਐਕਸ ਡਾਊਨ ਹੋ ਰਿਹਾ ਜੀ ਅਦਰਵਾਈਜ਼ ਜਦੋਂ ਤੁਹਾਡੇ ਕੋਲ ਐਨਾ ਸਬੂਤ ਹੈਗਾ ਕੁੱਝ ਪਰਚਾ ਦਰਜ ਕਰਨ ਦੀ ਵੀ ਗੱਲ ਕਰ ਦਿੱਤੀ ਤੇ ਪਰਚਾ ਦਰਜ ਕਰਕੇ ਤੇ ਇਹਨਾਂ ਨੂੰ ਬੰਦਿਆਂ ਨੂੰ ਅੰਦਰ ਕਰਦੇ ਹੂੰ ਹੂੰ ਮਾਈਲੇਜ ਲੈ ਕੇ 2019 ਦੀ ਇਲੈਕਸ਼ਨ ਜਿੱਤਦੇ ਜੀ ਪਰ ਉਹ ਰਾਜਾ ਜਿਹੜਾ ਹੈਗਾ ਉਹ ਆਪਣਾ ਜਿਹੜਾ ਕੋਲ ਨਿਭਾਣਾ ਚਾਹੁੰਦਾ ਹੂੰ ਉਹਨਾਂ ਕੋਲ ਨਿਭਾਉਂਦੇ ਨਿਭਾਉਂਦੇ ਭਾਵੇਂ ਕਾਂਗਰਸ ਖਤਮ ਕਰ ਦੇਵੇ ਭਾਵੇਂ ਪੰਜਾਬ ਖਤਮ ਹੋ ਜਾਏ ਭਾਵੇਂ ਪੰਜਾਬ ਖਤਮ ਹੋ ਜਾਏ ਹੂੰ ਸੋ ਇਹ ਗੱਲ ਹੈ ਜੀ ਅ ਤੇ ਬਾਕੀ ਤਾਂ ਡੀਕਲ ਸੀਗੇ ਪਰ ਦੂਜੇ ਪਾਸੇ ਜੇਕਰ ਨਰਿੰਜਨ ਸਿੰਘ ਦੀ ਤੁਸੀਂ ਗੱਲ ਕੀਤੀ ਨਰਿੰਜਨ ਸਿੰਘ ਦੇ ਮਾਮਲੇ ਤੇ ਆਪਾਂ ਪੁੱਠੇ ਆਉਣੇ ਆ ਕਿ ਨਰਿੰਜਨ ਸਿੰਘ ਤੇ ਇਸ ਵਕਤ ਸ਼ੱਕ ਦੀ ਸੂਈ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਦੀ ਉੱਠ ਰਹੀ ਹੈ ਤੇ ਜਿਹੜਾ ਉਹਨਾਂ ਦੇ ਮੌਜੂਦਾ ਬਿਆਨ ਨੇ ਉਹਨੂੰ ਲੈ ਕੇ ਤੁਸੀਂ ਕੀ ਕਰੋਗੇ ਦੇਖੋ ਇੱਕਦਮ ਐ ਜਲਦੀ ਛੇਗਾ ਮੈਂ 15 ਮਿੰਟ ਤੋਂ ਹੁੰਦੇ ਸੀਗਾ ਅਸੀਂ ਦੂਸਰੀ ਗੱਲ ਹੈ ਵੇ ਉਹਨਾਂ ਦੀ ਜਿਹੜੀ ਚੁੱਪੀ ਹੈ ਹੂੰ ਉਹੀ ਉਹੀ ਸਾਫ਼ ਜ਼ਾਹਿਰ ਕਰ ਰਹੀ ਹੈ ਕਿ ਅਦਾਲਤ ਕੁਝ ਕਾਲਾ ਹੈ ਜੀ ਬਾਕੀ ਕਿਉਂਕਿ ਮੈਂ ਅਦਾਲਤ ਵਿੱਚ ਸਾਰਾ ਕੇਸ ਜਿਹੜਾ ਹਾਈ ਕੋਰਟ ਨੂੰ ਅਸਿਸਟ ਕਰ ਰਹੇ ਆ ਜੀ ਮੇਰੀਆਂ ਵੀ ਗੱਲਾਂ ਕਰਨ ਦੀਆਂ ਕੋਈ ਹੱਦਾ ਨੇ ਪਰ ਮੈਂ ਹਾਈ ਕੋਰਟ ਨੂੰ ਜ਼ਰੂਰ ਇਹ ਗੱਲ ਪਹੁੰਚਾਵਾਂਗਾ ਜੀ ਵੀ ਇਹ ਸ਼ਖਸ ਜਿਹਨੂੰ ਆਪਾਂ ਜਨਵਰੀ 2015 ਵਿੱਚ ਇੱਥੇ ਰੱਖਿਆ ਸੀਗਾ ਜੀ ਇਹਨੇ ਹੁਣ ਤੱਕ ਕੀ ਕੀਤਾ ਤੇ ਕ੍ਰਾਸ ਸਬਮਿਸ਼ਨ ਵਿੱਚ ਕੀ ਕਹਿ ਰਿਹਾ ਇਹਨੂੰ ਇਹਨੂੰ ਪੁੱਛਿਆ ਜਾਵੇ ਜੀ ਵੀ ਇੱਥੇ ਕੋਈ ਪ੍ਰੈਸ਼ਰ ਹੈਗਾ ਉਹ ਪ੍ਰੈਸ਼ਰ ਵੀ ਹਾਈ ਕੋਰਟ ਦੂਰ ਕਰੇ ਜੀ ਬਹੁਤ ਬਹੁਤ ਧੰਨਵਾਦ ਸਦਾਨਾਪ ਕਿਰਨ ਸਿੰਘ ਜੀ ਸਾਡੇ ਨਾਲ ਵੈਲਕਮ ਜੀ ਥੈਂਕ ਯੂ ਵਨਰਸੀ ਅਸਨ ਜੀ ਸਦਾਨਾਪ ਕਿਰਨ ਸਿੰਘ ਐਡਵੋਕੇਟ ਜੋ ਲਾਇਰ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨਾਲ ਜੁੜੇ ਨੇ ਕਹਿੰਦੇ ਨੇ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਟੱਲੋ ਸਭ ਤੁਸੀਂ ਵੀ ਗੱਲਬਾਤ ਸੁਣੀ ਤਮਾਮ ਜੇਕਰ ਆਪਾਂ ਥੋੜੀ ਜੀ ਗੱਲ ਚਾਹੋ ਤਾਂ ਵਧਾ ਲੈਣੇ ਇਹਨੂੰ ਅੱਗੇ ਕਿ ਨਰਿੰਜਨ ਸਿੰਘ ਦੇ ਉੱਤੇ ਜਿਵੇਂ ਨਰਿੰਜਨ ਸਿੰਘ ਸ਼ੁਰੂ ਤੋਂ ਕਹਿ ਰਿਹਾ ਸੀ ਮੇਰੇ ਤੇ ਪ੍ਰੈਸ਼ਰ ਹੈ ਮੈਨੂੰ ਜਾਣ ਕੇ ਬਦਲੀ ਕੀਤੀ ਇਹ ਕਹਿੰਦੇ ਕਿ ਅਸੀਂ ਨਰਿੰਜਨ ਸਿੰਘ ਨੂੰ ਹਾਈ ਕੋਰਟ ਦੇ ਵਿੱਚ ਜਨਵਰੀ 2015 ਚ ਰੁਕਵਾ ਲਿਆ ਉਹਨੂੰ ਹਰ ਤਰ੍ਹਾਂ ਦੀ ਸਹੂਲਤ ਸਟਾਫ ਸਿਕਿਉਰਿਟੀ ਤਮਾਮ ਚੀਜ਼ਾਂ ਜਿਹੜੀਆਂ ਲੈ ਕੇ ਦਿੱਤੀਆਂ ਮਾਮਲਾ ਕਹਿੰਦੇ ਅੱਗੇ ਨਹੀਂ ਵਧਿਆ ਇਸ ਸਿਕਿਉਰਿਟੀ ਸਟਾਫ ਬਾਰੇ ਤਾਂ ਆਪ ਹੀ ਕਹਿ ਰਹੇ ਕਿ ਮੈਨੂੰ ਸਟਾਫ ਨਹੀਂ ਮਿਲ ਰਿਹਾ ਮੈਨੂੰ ਪ੍ਰੋਪਰ ਦਫ਼ਤਰ ਵਗੈਰਾ ਜਿਹੜਾ ਨਹੀਂ ਮਿਲ ਰਿਹਾ ਤਾਂ ਨਰਜਨ ਸਿੰਘ ਹੁਣੀ ਆਪ ਹੀ ਕਹਿ ਰਹੀ ਸੀ ਸਵਾਲ ਇਹ ਹੈ ਕਿ ਹੁਣ ਤੁਸੀਂ ਵਿਸ਼ਵਾਸ ਕਰੋਗੇ ਤਾਂ ਕੀ ਦੇ ਤੇ ਕਰੋਗੇ ਜੀ ਔਰ ਜੇ ਆਪਾਂ ਕਈ ਕਹਿ ਕਈ ਵਾਰੀ ਇਹ ਕਹਿ ਦਿੰਦੇ ਆ ਕਿ ਅਦਾਲਤਾਂ ਅਦਾਲਤਾਂ ਬਹੁਤ ਕੁਝ ਕਰਦੀਆਂ ਬਿਲਕੁਲ ਕੋਈ ਸ਼ੱਕ ਨਹੀਂ ਅਦਾਲਤਾਂ ਕਰ ਦਿੰਦੀਆਂ ਪਰ 2015 ਦਾ ਮਾਮਲਾ ਹੈ 18 ਨੰਬਰ ਨੂੰ ਆ ਗਈ 18 ਨੇ ਮਿਲਣੂ ਆ ਗਈ ਡੂੜਸਾਲੇ ਸਰਕਾਰ ਦਾ ਨਿਕਲ ਗਿਆ ਦੋ ਹੀ ਨਿਕਲ ਗਏ ਲਗਭਗ ਹੂੰ ਤੇ 3 ਸਾਲ ਰਹਿ ਗਏ ਤੇ ਉ ਥਾਪੀਆਂ ਮਾਰੀ ਜਾਂਦਾ ਹੈ ਪੱਟਾਂ ਗੱਲ ਅਬੂਰ ਜਾ ਕੇ ਵੀ ਸਰਕਾਰ ਸਾਡੀ ਫੇਰ ਆ ਗਈ ਹੂੰ ਤੇ ਨਾਲ ਉਹ ਕਹੀ ਜਾਂਦਾ ਵੀ ਆਹੀ ਡੀਐਸਪੀ ਰੱਖਾਂਗੇ ਆਹੀ ਐਸਐਚ ਰੱਖਾਂਗੇ ਹਾਂ ਹਾਂ ਇਹਨਾਂ ਰਾਹੀਂ ਜਾਖੜ ਨੂੰ ਅਸੀਂ ਗਧੇ ਤੇ ਬਿਠਾਵਾਂਗੇ ਹੂੰ ਇਹ ਬੰਦਾ ਇਹਨਾਂ ਹੌਸਲਾ ਕਰ ਰਿਹਾ ਕਿਉਂ ਕਰ ਰਿਹਾ ਕਿਉਂ ਇਸ ਕਰਕੇ ਕਰ ਰਿਹਾ ਕਿ ਨਰਿੰਜਨ ਸਿੰਘ ਜਿਸ ਬੰਦੇ ਨੂੰ ਕੋਲਕੱਤਾ ਨੂੰ ਧੋਲ ਰਹੇ ਸੀ ਜੀਨੇ ਪੁੱਛਕਿਛ ਕੀਤੀ ਸੀ ਅੱਜ ਉਹਨੇ ਇਕਵਾਲ ਕਰ ਲਿਆ ਹਾਂ ਕੋਰਟ ਦੇ ਵਿੱਚ ਜਿਹੜਾ ਅੱਜ ਬੈਸੇ ਸ਼ੁੱਕਰਵਾਰ ਦੀ ਕਹਾਣੀ ਹੈ ਜੀ ਜੀ ਸ਼ੁੱਕਰਵਾਰ ਨੂੰ ਨੇ ਇਕਵਾਲ ਕਰ ਲਿਆ ਕਿ ਹਾਂ ਹੂੰ ਸਾਨੂੰ ਸਹਿਯੋਗ ਤਫਤੀਸ਼ ਦੇ ਵਿੱਚ ਪੁਛਕਿਸ਼ ਦੇ ਵਿੱਚ ਨਹੀਂ ਦਿੱਤਾ ਬਿਕਰਮੂਰ ਜੀ ਟਿਆ ਨੇ ਹੂੰ ਵਕੀਲ ਪੁੱਛਦਾ ਵੀ ਕੀ ਜੇ ਉਹਨੇ ਸਹਿਯੋਗ ਨਹੀਂ ਦਿੱਤਾ ਤੂੰ ਗ੍ਰਿਫਤਾਰੀ ਦੇ ਤੁਸੀਂ ਉਹਨੂੰ ਦੁਬਾਰਾ ਬੁਲਾ ਸਕਦੇ ਸੀ ਕਹਿੰਦਾ ਹਾਂਜੀ ਹੂੰ ਤੁਸੀਂ ਗ੍ਰਿਫਤਾਰ ਕਰ ਸਕਦੇ ਸੀ ਕਹਿੰਦਾ ਹਾਂਜੀ ਤੁਸੀਂ ਅਦਾਲਤ ਦੇ ਵਿੱਚ ਉਹਦੀ ਗ੍ਰਿਫਤਾਰੀ ਰੈਂਟ ਲੈ ਸਕਦੇ ਸੀ ਕਹਿੰਦਾ ਹਾਂਜੀ ਪਰ ਲੇਕਿਨ ਕਹਿੰਦਾ ਦਿੱਤੀ ਕੋਈ ਅਰਜ਼ੀ ਕਹਿੰਦਾ ਨਹੀਂ ਜੀ ਆ ਨਹੀਂ ਦਿਆ ਜਿਹੜੀ ਆ ਫੁਰਰਾ ਨਾ ਜਿਹੜੀ ਨਹੀਂ 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 ਫੁਰਰ ਨਹੀਂ ਜਿਹੜੀ ਆ ਨਹੀਂ ਜੀ ਨਹੀਂ ਜੀ ਦੇ ਵਿੱਚ ਬਹੁਤ ਕੁਝ ਪਿਆ ਜੀ ਬਹੁਤ ਕੁਝ ਦੇ ਪਿੱਛੇ ਲੁਕਿਆ ਹੋਇਆ ਹੈ ਕਿ ਪ੍ਰੈਸ਼ਰ ਕਿਧਰ ਕੀਦ ਹੈ ਹੂੰ ਹੂੰ ਪ੍ਰੈਸ਼ਰ ਉਹਨਾਂ ਆਪਾਂ ਕੱਲਾ ਕਹਿ ਦਈਏ ਹਾਈ ਕੋਰਟ ਦੇ ਉੱਤੇ ਪੰਜਾਬ ਸਰਕਾਰ ਦਾ ਪ੍ਰੈਸ਼ਰ ਤਾਂ ਹੋ ਨਹੀਂ ਸਕਦਾ ਨਹੀਂ ਹੋ ਸਕਦਾ ਐ ਈਡੀ ਦੇ ਉੱਤੇ ਪੰਜਾਬ ਸਰਕਾਰ ਦਾ ਪ੍ਰੈਸ਼ਰ ਨਹੀਂ ਹੋ ਸਕਦਾ ਨੋ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕਿਸੇ ਸਟੇਟ ਦੇ ਇੱਕ ਵਜ਼ੀਰ ਦਾ ਬਿਆਨ ਹੈ ਜੀ ਕਿ ਮੰਦਰ ਅਸੀਂ ਬਣਾਉਣਾ ਹੀ ਬਣਾਉਣੇ ਹੂੰ ਗੰਪੂ ਚਲੇ ਜੀ ਮਾਮਲਾ ਅਦਾਲਤ ਚ ਆਏ ਹੂੰ ਸੁਪਰੀਮ ਕੋਰਟ ਚ ਆ ਕਹਿੰਦਾ ਸੁਪਰੀਮ ਕੋਰਟ ਕੀਦੀ ਹੈ ਸਾਡੀ ਹੈ ਸਾਡੀ ਸਰਕਾਰ ਸਾਡੀ ਹਕੂਮਤ ਸਾਡੀ ਸੁਪਰੀਮ ਕੋਰਟ ਹੂੰ ਜੇ ਅਸੀਂ ਚਾਹਾਂਗੇ ਤਾਂ ਸੁਪਰੀਮ ਕੋਰਟ ਵੀ ਕਰ ਦੂ ਜੇ ਇੱਕ ਵਜ਼ੀਰ ਸਟੇਟ ਦਾ ਉੱਠ ਕੇ ਇਹ ਗੱਲ ਕਹਿ ਰਹੇ ਤਾਂ ਤੁਸੀਂ ਇਹ ਦੇਖ ਲਓ ਕਿ ਸਟੇਟ ਕਿੰਨੀ ਪਾਵਰਫੁਲ ਹੈ ਜੀ ਸਟੇਟ ਕਿੰਨੀ ਪਾਵਰਫੁਲ ਹੈ ਤੇ ਸੁਪਰੀਮ ਕੋਰਟ ਨੇ ਉਸ ਜਿਹੜੀ ਉਹਦੀ ਕਹੀ ਹੋਈ ਗੱਲ ਹੈ ਉਹ ਹਾਲੇ ਤੱਕ ਨੋਟਿਸ ਨਹੀਂ ਲਿਆ ਜੀ ਔਰ ਇਹ ਉਹਨਾਂ ਉਹਨਾਂ ਕਾਨੂੰਨਪੁਰ ਕਹਿੰਦੀ ਆ ਜਾ ਤੂੰ ਉੱਤੇ ਜਾੜਦਾ ਇਹ 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 ਉਹਨਾਂ ਪ੍ਰਸਥਿਤਿਆਾਂ ਚ ਹੈ ਹੂੰ ਹੂੰ ਜਦੋਂ ਸੁਪਰੀਮ ਕੋਰਟ ਦੇ ਚਾਰ ਚੀਫ ਚੀਫ ਤੋਂ ਬਾਅਦ ਜਿਹੜੇ ਚਾਰ ਸੀਨੀਅਰ ਮੋਸਟ ਜੱਜ ਹੈ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਹੂੰ ਹੂੰ ਕਿ ਸਭ ਕੁਝ ਠੀਕ ਨਹੀਂ ਹੈ ਸਭ ਕੁਝ ਠੀਕ ਨਹੀਂ ਹੈ ਬਿਲਕੁਲ ਜਦੋਂ ਉਹਨਾਂ ਨੇ ਕਿਹਾ ਸੀ ਸਭ ਕੁਝ ਠੀਕ ਨਹੀਂ ਹੈ ਤੇ ਹੁਣ ਉਹ ਆਪ ਹੀ ਦੱਸ ਹੀ ਜਾਂਦੇ ਹੂੰ ਹੂੰ ਕਿ ਜੇ ਸੁਪ ਜਦੋਂ ਅਸੀਂ ਚਾਹਾਂਗੇ ਤਾਂ ਫਿਰ ਸੁਪਰੀਮ ਕੋਰਟ ਵੀ ਉਹ ਵੀ ਹੋਈ ਕਰੂਗੀ ਇਸ ਕਰਕੇ ਇਹਨਾਂ ਪ੍ਰਸਥਿਤਿਆਾਂ ਚ ਈ ਡੀ ਕੀਤੇ ਕੀ ਕਰਕੇ ਵਿਚਾਰਾ ਨਰਿੰਦਰ ਸਿੰਘ ਆਪਾਂ ਕਹਿੰਦੇ ਨਰਿੰਦਰ ਸਿੰਘ ਨੇ ਇੰਨੇ ਇਕਵਾਲ ਕਰਕੇ ਇਕਵਾਲੇ ਗੁਣਾ ਹੂੰ ਉਹਨੇ ਇੰਨਾ ਕਰਕੇ ਚਲਾ ਹਾਲਾਤ ਕਿ ਕਿਸੇ ਨੇ ਇੱਕ ਜਿਹੜਾ ਸਰਟੀਫਾਈਡ ਡਾਕੂਮੈਂਟ ਤਾਂ ਹੋ ਗਿਆ ਨਾ ਵੀ ਪਾਈ ਕਰ ਸਕਦੇ ਸੀ ਨਹੀਂ ਕਰਦੇ ਕਿਉਂ ਨਹੀਂ ਕੀਤੇ ਸ਼ਾਇਦ ਨਰਿੰਦਰ ਸਿੰਘ ਦੀਆਂ ਬਾਹਾਂ ਪਛਾਣ ਕਰਕੇ ਬਣੀਆਂ ਹੋਣ ਬਣੀਆਂ ਹੋਣ ਹਾਂ ਨਰਿੰਦਰ ਸਿੰਘ ਨੂੰ ਵੀ ਬਾਲ ਬੱਚੇ ਚਾਹੀਦੇ ਨਾਲੇ ਬਿਲਕੁਲ ਢੱਲੋ ਸਭ ਗੱਲ ਇਹ ਹੈ ਨਾ ਮਸਲਾ ਉੱਥੇ ਆ ਜਾਂਦਾ ਕਿ ਜੇਕਰ ਇੱਕ ਕੰਟੇਨਰ ਨਹੀਂ ਮੈਂ 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 ਥੋੜੀ ਇੱਥੇ ਮੈਂ ਹਾਂ ਕਿ ਨਰਿੰਦਰ ਸਿੰਘ ਦੀ ਜਿਹੜੀ ਬਦਲੀ ਹੋਈ ਹੈ ਹੂੰ ਹੂੰ ਉਹ ਟਾਈਮ ਯਾਦ ਕਰੋ ਕਦੋਂ ਹੋਈ ਸੀ ਬਦਲੀ ਜਦੋਂ ਦੀ ਬਦਲੀ ਕਲਕੱਤੇ ਦੀ ਹੋਈ ਸੀ ਕਦੋਂ ਹੋਈ ਸੀ ਹੂੰ ਜਦੋਂ ਦਿੱਲੀ ਦੀਆਂ ਚੋਣਾ ਸੀ ਸੀ ਦਿੱਲੀ ਦੀਆਂ ਚੋਣਾ ਚ ਇਕਾਲੀ ਜਲਦੀ ਮਦਦ ਦੀ ਲੋੜ ਸੀ ਲੋੜ ਸੀ ਉਸ ਵੇਲੇ ਕਿਵੇਂ ਜਿਤਲੀ ਸਾਬਦੀ ਮਿਨਿਸਟਰੀ ਦੇ ਤੇ ਪ੍ਰੈਸ਼ਰ ਪਿਆ ਹੋ ਹੂੰ ਹੂੰ ਬੀਬੀ ਜੀ ਦਾ ਪਿਆ ਹੋਣਾ ਕਾਕਾ ਜੀ ਦਾ ਪਿਆ ਹੋਣਾ ਤੇ ਗਾਂ ਭਰਾਤਾ ਜੀ ਦਾ ਤਾਂ ਪੈਣੀ ਪੈਣੀ ਜਿਹੜੇ ਜਿਹੜੇ ਫਸਦਾ ਤੇ ਵੱਡੇ ਬਾਬਾ ਜੀ ਵੀ ਹੂੰ ਹੂੰ ਉਹ ਵੀ ਉ ਤਾਂ ਬਿਮਾਰ ਹੋ ਜਾਂਦੇ ਪਰ ਜਦੋਂ ਫਿਰ ਪਰਿਵਾਰ ਤੇ ਸੰਕਟ ਆਉਂਦਾ ਹੈ ਉਹ ਕਹਿੰਦੇ ਰਾਦਰ ਤਾਂ ਹੈ ਨਹੀਂ ਸੀ ਮੇਰਾ ਹਮ ਪਰ ਹੁਣ ਮੈਨੂੰ ਪੰਜਾਬ ਦੀ ਖਤ ਰੋਖਣਾ ਪਿਆ ਉੱਠਣਾ ਪੈ ਗਿਆ ਜਿਵੇਂ ਹੁਣ ਉੱਠਿਆ ਆਊਟ ਪਿਆ ਇਸ ਕਰਕੇ ਮਤਲਬ ਇਹ ਵੀ ਪ੍ਰੈਸ਼ਰ ਕਿੰਨਾ ਪਿਆ ਉਹਨਾਂ ਨਰਿੰਦਰ ਸਿੰਘ ਦਾ ਕਸੂਰ ਕੋਈ ਨਹੀਂ ਗੱਲੇ ਤਾਂ ਸਿਸਟਮ ਦੀ ਹੈ ਸਿਸਟਮ ਸਿਸਟਮ ਪਰਦੇ ਨੂੰ ਦਿਮੇ ਤੇ ਲਾਉਂਦਾ ਪਰਦੇ ਤੇ ਜਲਦੀ ਲੋਡ ਸਿਸਟਮ ਬਦਲ ਲੈ ਮੈਂ ਆਹੀ ਗੱਲ ਹਮ ਜਦੋਂ ਆਪਣੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਚੱਲਦਾ ਸੀ ਸਿਲਸਿਲਾ ਵੀ ਆਪਾਂ ਜੀ ਸਭ ਕੁਝ ਠੀਕ ਕਰ ਦੇਵਾਂਗੇ ਮੈਂ ਉਦੋਂ ਕਹਿ ਰਿਹਾ ਸੀ ਨਹੀਂ ਹੋ ਸਕਦਾ ਨਹੀਂ ਹੋਣਾ ਇਸ ਸਿਸਟਮ ਜਿਹੜਾ ਹੈਗਾ ਜਿੰਨੀ ਦੇ ਰਿਸਿਸਟੈਂਸ ਨੂੰ ਇਹਨੂੰ ਰੱਖੋਗੇ ਇਸ ਸਿਸਟਮ ਨੂੰ ਰੱਖ ਕੇ ਤੁਸੀਂ ਕਹਿੰਦੇ ਚੇ سوالے پیدا ہی نہیں ہو سکا جی تو یہ سسٹم ہے سسٹم چلاؤਦਾ ਜਿਵੇਂ ਜਿੰਨੀਦਰ ਜੇ ਤੁਸੀਂ ਕੁਝ ਕਰਨਾ ਤਾਂ ਪਹਿਲਾ ਇਹ ਸਿਸਟਮ ਨੂੰ ਭੰਨਣ ਤੋੜਨ ਦਾ ਤੁਹਾਡੇ ਕੋਲ ਪ੍ਰਬੰਧ রোড ਮੈਪ ਹੋਣਾ ਚਾਹੀਦਾ ਪ੍ਰਬੰਧ ਹੋਣਾ ਚਾਹੀਦਾ ਕੀ ਕਰਾਂਗੇ ਐਵੇਂ ਵੜ ਨਹੀਂ ਜਾਣਾ ਚਾਹੀਦਾ ਐਵੇਂ ਨਹੀਂ ਤੁਸੀਂ ਵੀ ਜੇ ਤਾਂ ਫਿਰ ਡਲੀਆਂ ਨਹੀਂ ਮਾਰਦੇ پارਲੀਮੈਂਟ ਦੇ ਮੈਂਬਰਾਂ ਨਾਲ ਕੋਈ ਖਾਸ ਕਰਨੀ ਬਣਦੀ ਕਿ ਚਾਰ ਘੱਟ ਜਿੱਤ ਗਏ ਤੇ ਚਾਰ ਬੰਦ ਹੋ ਗਏ ਸੂਬਾ ਸਰਕਾਰ ਕੀ ਹੈ ਮਿਊਸਪਲਟੀ ਤੋਂ ਘਟਾ ਕੀ ਦਿੱਲੀ ਦੀ ਸਰਕਾਰ ਦੀ ਹਾਲਤ ਕਰ ਛੜੀ ਜੀ ਕਾਨੂੰਨ ਉੱਥੇ ਵੀ ਹੈਗਾ ਪਰ ਸੁਪਰੀਮ ਕੋਰਟ ਉੱਥੇ ਵੀ ਬੈਠੀ ਹੈ ਐਮ ਐਲ اے ਨੂੰ डिस्क्वालीफाई ਕਰਤਾ ਵਹਲ ਕਰਤੇ ਕੋਰਟ ਨੇ ਹੂੰ ਹੂੰ ਉਹਦੇ باوجود ਵੀ ਕੀ ਕਿਸੇ ਨੇ ਕਿਸੇ ਦੀ ਟੰਗ ਟੁੱਟਦੀ ਨਾ ਇਹ ਸਹੀ ਇਹਦੀ ਸਿਸਟਮ ਜਿਹਦੇ ਵਿੱਚ ਚਲਾਉਂਦਾ ਉਹ ਵਿੱਚ ਚੱਲਦਾ